ਆ ਜਿਹੜੀ ਸਟੇਜ ਲਾਈ ਆ ਸੁਲਤਾਨਪੁਰ ਲੋਧੀ ਐਸ ਜੀ ਪੀ ਸੀ ਨੇ 12 ਕਰੋੜ ਰੁਪਈਆ ਸਿਰਫ ਸਟੇਜ ਦਾ ਇਹਨਾਂ ਨੇ ਇਹ ਕਿਹਾ ਵਾ ਕਿ 12 ਕਰੋੜ ਰੁਪਈਆ ਲੱਗਾ। ਮੈਂ ਉੱਥੇ ਆਪ ਗਿਆ ਵਾਂ, ਉੱਥੇ ਅਕਾਲੀ ਦਲ ਦੇ ਜਥੇਦਾਰ ਦੂਹੇ ਤੀਹੇ ਲੋਕ ਗਏ ਆ ਅਤੇ ਲੋਕਾਂ ਨੇ ਕਿਹਾ 12 ਕਰੋੜ ਦਾ ਦੱਸੋ ਇੱਥੇ ਕੀ ਬਣਿਆ। ਪੰਚਾਇਤ ਲੈਵਲ ਦੀਆਂ ਇਲੈਕਸ਼ਨਾਂ 5 ਸਾਲਾਂ ਬਾਅਦ ਹੁੰਦੀਆਂ, ਹੋਰ ਨਿੱਕੀਆਂ ਨਿੱਕੀਆਂ ਸੰਸਥਾਵਾਂ ਦੀਆਂ 5 ਸਾਲਾਂ ਬਾਅਦ ਹੁੰਦੀਆਂ, ਅਤੇ ਇਹ ਸਿੱਖ ਕੌਮ ਦੇ ਨਾਲ ਤੋਂ ਇਹਨਾਂ ਦੇ ਧਰਮ ਦੇ ਵਿੱਚ ਏਡਾ ਵਿਤਕਰਾ ਕਿਉਂ ਤੁਸੀਂ ਪਾਉਂਦੇ ਜੋ? ਪਾਸਪੋਰਟ ਪਹਿਲਾਂ ਕਦੋਂ ਕੋਈ ਪਾਸਪੋਰਟ ਬਣਾਊਗਾ, ਫਿਰ ਉਹ ਪਾਸਪੋਰਟ ਬਣਾ ਕੇ ਅਤੇ ਫਿਰ ਉੱਥੇ ਜਾਊਗਾ। ਉੱਥੇ ਕੁਦਰਤੀ ਆ ਵੀ ਲੋਕ ਵਿਚਾਰੇ ਜਾਣਾ ਚਾਹੁੰਦੇ ਆ, ਲੇਕਿਨ ਉਹਨਾਂ ਕੋਲ ਪਾਸਪੋਰਟ ਹੀ ਨਹੀਂ, ਅਤੇ $20 ਜਿਹੜੇ ਉਹ ਲੈਂਦੇ ਆ ਉਹ ਵੀ ਖਤਮ ਕਰ ਦੇਣੇ ਚਾਹੀਦੇ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਤੇ ਵੀਰ ਦਵਿੰਦਰ ਸਿੰਘ ਤੇ ਸੇਵਾ ਸਿੰਘ ਸੇਖਮਾ ਤੇ ਰਤਨ ਸਿੰਘ ਅਜਨਾਲਾ ਨੇ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਲਗਾਈ ਗਈ SGPC ਵੱਲੋਂ ਸਟੇਜ ਦਾ ਵਿਰੋਧ ਕੀਤਾ। ਉਹਨਾਂ ਕਿਹਾ ਹੈ ਕਿ SGPC ਨੂੰ ਕੁਝ ਲੋਕ ਚੂਨਾ ਲਗਾ ਰਹੇ ਨੇ, ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਤੋਂ ਜਲਦੀ SGPC ਦੀਆਂ ਚੋਣਾਂ ਕਰਵਾਈਆਂ ਜਾਣ। ਨੂੰ ਸਿਰਫ ਸਿੱਖ ਨਹੀਂ ਮੰਨਦੇ, ਮੁਸਲਮਾਨ ਵੀ ਮੰਨਦੇ ਆ, ਹਿੰਦੂ ਵੀ ਮੰਨਦੇ ਆ, ਸਾਰੇ ਲੋਕ ਮੰਨਦੇ ਆ, ਕਿਉਂਕਿ ਉਹ ਸਾਰਿਆਂ ਦੇ ਗੁਰੂ ਸੀਗੇ, ਕੋਈ ਇੱਕ ਧਰਮ ਦੇ ਗੁਰੂ ਨਹੀਂ ਸੀ। ਸੋ ਇਸ ਕਰਕੇ ਉਹਨਾਂ ਦਾ ਸਾਰਿਆਂ ਦੇ ਵਿੱਚ ਬਹੁਤ ਵੱਡਾ ਸਤਿਕਾਰ ਸੀ। ਅਤੇ ਵਡਾਲਾ ਸਾਹਿਬ ਉਹਨਾਂ ਨੇ ਸੜਕ ਜੀ ਬਣਾਈ ਇੱਕ ਉਹਨਾਂ ਦੇ ਨਾਂ 'ਤੇ, ਪਰ ਨਹੀਂ ਵੱਡੀ ਯਾਦਗਾਰ ਕੋਈ ਬਣਾਉਣੀ ਚਾਹੀਦੀ ਵਡਾਲਾ ਸਾਹਿਬ ਦੇ ਨਾਂ 'ਤੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਟੇਜ ਲਾਉਣ, ਆਹ ਜਿਹੜੀ ਸਟੇਜ ਲਾਈ ਆ ਸੁਲਤਾਨਪੁਰ ਲੋਧੀ SGPC ਨੇ 12 ਕਰੋੜ ਰੁਪਈਆ ਸਿਰਫ ਸਟੇਜ ਦਾ ਇਹਨਾਂ ਨੇ ਇਹ ਕਿਹਾ ਵਾ ਕਿ 12 ਕਰੋੜ ਰੁਪਈਆ ਲੱਗਾ। ਮੈਂ ਉੱਥੇ ਆਪ ਗਿਆ ਵਾਂ, ਉੱਥੇ ਅਕਾਲੀ ਦਲ ਦੇ ਜਥੇਦਾਰ ਦੂਹੇ ਤੀਹੇ ਲੋਕ ਗਏ ਆ ਅਤੇ ਲੋਕਾਂ ਨੇ ਕਿਹਾ 12 ਕਰੋੜ ਦਾ ਦੱਸੋ ਇੱਥੇ ਕੀ ਬਣਿਆ। 12 ਕਰੋੜ ਰੁਪਈਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਇਹ ਚਪਟ ਕਰ ਗਏ ਆ, ਖਾ ਗਏ ਆ ਇਹਨਾਂ ਨੇ, ਇਹ ਲੁਟੇਰੇ ਜਿਹੜੇ ਆ ਇਹਨਾਂ ਸ਼੍ਰੋਮਣੀ ਕਮੇਟੀ ਨੂੰ ਐਸੀ ਵੱਡੀ ਢਾਲ ਆਈ। ਇਸੇ ਕਰਕੇ ਅਸੀਂ ਕਿਹਾ ਛੇਤੀ ਇਲੈਕਸ਼ਨਾਂ ਕਰਾਓ, ਇਹਨਾਂ ਨੂੰ ਬਾਹਰ ਕੱਢੋ ਇੱਥੋਂ, ਇਹਨਾਂ ਨੇ ਤਾਂ ਸ਼੍ਰੋਮਣੀ ਕਮੇਟੀ ਲੁੱਟ ਕੇ ਸਾਰੀ ਪਾ ਲਈ। ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਘਪਲੇ ਹੋ ਰਹੇ ਆ, ਇਹ ਜਿਹੜੇ ਚੋਰ ਅਤੇ ਡਾਕੂ ਜਿਹੜੇ ਅਤੇ ਬਦਮਾਸ਼ ਇਕੱਠੇ ਹੋ ਕੇ ਖਾਈ ਜਾਂਦੇ ਆ ਗੁਰੂ ਘਰ ਨੂੰ। ਅਸੀਂ ਇਸੇ ਕਰਕੇ ਪਿਛਲੀ ਜਿਹੜੀ ਮੀਟਿੰਗ ਤੁਹਾਡੀ ਹੋਈ ਸੀ ਉਹਦੇ 'ਚ ਇਹ ਕਿਹਾ ਸੀ ਕਿ ਅਸੀਂ ਹੋਮ ਮਿਨਿਸਟਰ ਨੂੰ ਮਿਲਾਂਗੇ, ਪਰ ਅਸੀਂ ਉਹਨਾਂ ਨੂੰ ਮਿਲ ਨਹੀਂ ਸਕੇ। ਸਾਡਾ ਜਤਨ ਹੈ ਕਿ ਛੇਤੀ ਤੋਂ ਛੇਤੀ ਮਿਲੀਏ ਅਤੇ ਉਹਨਾਂ ਨੂੰ ਇਹ ਕਹੀਏ, ਜੇ ਪੰਚਾਇਤ ਲੈਵਲ ਦੀਆਂ ਇਲੈਕਸ਼ਨਾਂ 5 ਸਾਲਾਂ ਬਾਅਦ ਹੁੰਦੀਆਂ, ਹੋਰ ਨਿੱਕੀਆਂ ਨਿੱਕੀਆਂ ਸੰਸਥਾਵਾਂ ਦੀਆਂ 5 ਸਾਲਾਂ ਬਾਅਦ ਹੁੰਦੀਆਂ, ਅਤੇ ਇਹ ਸਿੱਖ ਕੌਮ ਦੇ ਨਾਲ ਤੋਂ ਇਹਨਾਂ ਦੇ ਧਰਮ ਦੇ ਵਿੱਚ ਏਡਾ ਵਿਤਕਰਾ ਕਿਉਂ ਤੁਸੀਂ ਪਾਉਂਦੇ ਜੋ? ਇੱਕ ਮਿੰਟ ਤੁਸੀਂ ਕਹਿੰਦੇ ਸੈਕੂਲਰ ਆ, ਇਹ ਹਿੰਦੁਸਤਾਨ ਦਾ ਵਿੱਚ ਸਾਰਾ ਸੈਕੂਲਰਿਜ਼ਮ, ਇਹ ਕਾਹਦਾ ਸੈਕੂਲਰਿਜ਼ਮ ਹੈ ਕਿ 2 ਇਲੈਕਸ਼ਨਾਂ ਲੰਘ ਗਈਆਂ ਅਤੇ ਉਹਦੀਆਂ ਇਲੈਕਸ਼ਨਾਂ ਨਹੀਂ ਕਰਾ ਰਹੇ, ਜਾਣ ਬੁੱਝ ਕੇ ਨਹੀਂ ਕਰਾ ਰਹੇ, ਬਾਦਲ ਨਾਲ ਇਹਨਾਂ ਦੇ ਨਾਲ ਰਹੇ ਆ, ਉਹ ਸਮਝਦੇ ਆ ਵੀ ਇਹੋ ਜਿਹੇ ਰਹਿਣ ਅਤੇ ਇਹ ਜਿਹੜੇ ਬੈਠੇ ਆ ਇਹ ਇੱਥੇ ਲੁੱਟਮਾਰ ਕਰਦੇ, ਹੱਥ ਲੜੇ ਆ ਸਾਰੇ ਜਣੇ ਅਤੇ ਇਹ ਦੁਸ਼ਕੀ ਛਕਾਈ ਜਾਂਦੇ, ਇਹ ਸਾਰਾ ਕੁਝ ਕਰੀ ਜਾਂਦੇ। ਅਸੀਂ ਸਖ਼ਤ ਲਫ਼ਜ਼ਾਂ ਦੇ ਵਿੱਚ ਇਹ ਮੰਗ ਕਰਦੇ ਹਾਂ ਕਿ ਇਹ ਚੋਣਾਂ ਜਿਹੜੀਆਂ ਨੇ ਇਹ ਛੇਤੀ ਤੋਂ ਛੇਤੀ ਜਿਹੜੀ ਜਾਂ ਸੈਕਟਰ ਦੀ ਸਰਕਾਰ ਨੂੰ ਕਰਾਉਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੀ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵੀ ਪਾਕਿਸਤਾਨ ਸਰਕਾਰ ਅੱਗੇ ਕੁਝ ਮੰਗਾਂ ਰੱਖੀਆਂ ਨੇ। ਲੈਂਦੇ ਆ ਹਰ ਸ਼ਰਧਾਲੂ ਕੋਲ, ਉਹਨਾਂ ਨੂੰ ਨਹੀਂ ਲੈਣੇ ਚਾਹੀਦੇ, ਇਹਦੇ ਨਾਲ ਕੋਈ ਵੱਡਾ ਫਰਕ ਨਹੀਂ ਪੈਂਦਾ, ਮੁਲਕਾਂ ਨੂੰ ਵੱਡਾ ਫਰਕ ਨਹੀਂ ਪੈਂਦਾ। ਔਰ ਪਾਸਪੋਰਟ ਦੀ ਜਿਹੜੀ ਸ਼ਰਤ ਹੈ ਉਹ ਖਤਮ ਕਰਨੀ ਚਾਹੀਦੀ ਆ। ਜਿਹੜਾ ਉੱਥੇ ਇਹ ਹੁਣ ਅਖਬਾਰਾਂ 'ਚ ਆਇਆ ਕਿ ਉੱਥੇ ਯਾਤਰੂ ਬਹੁਤ ਘੱਟ ਜਾਂਦੇ ਆ, ਅਤੇ ਸਾਡੇ ਵਰਗੇ ਅਨਪੜ੍ਹ ਯਾਤਰੂ 80% ਲੋਕ ਅਨਪੜ੍ਹ ਦੇ ਅੰਗੂਠਾ ਲਾਉਂਦੇ ਨੇ, ਉਹ ਇੰਨੀਆਂ ਫਾਰਮੈਲਿਟੀਆਂ ਇੱਧਰੋਂ ਵੀ ਪੂਰੀਆਂ ਨਹੀਂ ਕਰ ਸਕਦੇ, ਉੱਧਰੋਂ ਵੀ ਪੂਰੀਆਂ ਨਹੀਂ ਕਰ ਸਕਦੇ। ਪਾਸਪੋਰਟ ਪਹਿਲਾਂ ਕਦੋਂ ਕੋਈ ਪਾਸਪੋਰਟ ਬਣਾਊਗਾ, ਫਿਰ ਉਹ ਪਾਸਪੋਰਟ ਬਣਾ ਕੇ ਅਤੇ ਫਿਰ ਉੱਥੇ ਜਾਊਗਾ, ਅਤੇ ਉੱਥੇ ਕੁਦਰਤੀ ਆ ਵੀ ਲੋਕ ਵਿਚਾਰੇ ਜਾਣਾ ਚਾਹੁੰਦੇ ਆ, ਲੇਕਿਨ ਉਹਨਾਂ ਕੋਲ ਪਾਸਪੋਰਟ ਹੀ ਨਹੀਂ। ਇਸ ਕਰਕੇ ਇਹ ਪਾਸਪੋਰਟ ਦੀ ਜਿਹੜੀ ਸ਼ਰਤ ਆ ਇਹ ਪਾਕਿਸਤਾਨ ਗੌਰਮੈਂਟ ਨੂੰ ਹਟਾ ਲੈਣੀ ਚਾਹੀਦੀ ਆ, ਅਤੇ $20 ਜਿਹੜੇ ਉਹ ਲੈਂਦੇ ਆ ਉਹ ਵੀ ਖਤਮ ਕਰ ਦੇਣੇ ਚਾਹੀਦੇ ਇਹਨਾਂ ਦੀ ਆ। ਬਾਈਲੇਟਰਲ ਜਿਹੜਾ ਐਗਰੀਮੈਂਟ ਆ ਨਾ, ਉਹ ਅਸੀਂ ਚਾਹੁੰਦੇ ਹਾਂ ਵੀ ਉਹਨੂੰ ਰਿਵਿਊ ਕਰਕੇ ਉਹਦੇ 'ਚੋਂ ਪਾਸਪੋਰਟ ਦੀ ਸ਼ਰਤ ਖਤਮ ਹੋ ਜਾਏ, ਅਤੇ ਉਹ $20 ਵਾਲੀ ਇਹ ਦੋਨੇ ਚੀਜ਼ਾਂ ਖਤਮ ਹੋ ਕੇ ਸਰਲ ਹੋ ਜਾਏ ਸਾਰਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।